ਉਪਜਦਾ
ਅਰਥ ਹੈ ਕਿਸੇ ਚੀਜ਼ ਨੂੰ ਬਣਾਉਣਾ, ਪੈਦਾ ਕਰਨਾ। ਤੇ ਉਪਾਅ ਦਾ ਅਰਥ ਹੈ ਉਸ ਚੀਜ਼ ਨੂੰ ਬਣਾਉਣ ਵਾਸਤੇ ਕੋਈ ਉਪਰਾਲਾ ਕਰਨਾ। ਇਹ ਲਫ਼ਜ਼ ਇੱਕ ਦੂਜੇ ਨਾਲ ਸੰਬੰਧ ਰੱਖਣੇ, ਸ਼ਬਦਾਵਲੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਪਾਅ ਲਫ਼ਜ਼ ਤੋਂ ਹੀ ਉਪਰਾਲਾ ਬਣਿਆ ਹੈ, ਤੇ ਉਪਰਾਲ ਲਫ਼ਜ਼ ਤੋਂ ਹੀ ਉਪਜ ਦਾ ਸੰਬੰਧ ਪੈਦਾ ਹੋਇਆ ਹੈ। ਜਿੱਥੇ ਉਪਾਅ ਕੋਈ ਨਹੀਂ, ਉੱਥੇ ਉਪਰਾਲਾ ਵੀ ਕੋਈ ਨਹੀਂ। ਤੇ ਜਿੱਥੇ ਉਪਰਾਲਾ ਕੋਈ ਨਹੀਂ, ਉੱਥੇ ਉਪਜ ਵੀ ਕੋਈ ਨਹੀਂ। ਉਪਾਅ ਦੇ ਆਪਣੇ ਆਪਣੇ ਸਾਧਨ ਨੇ, ਕਿਸਾਨ ਦੇ ਸੀਮਿਤ ਸਾਧਨ ਨੇ, ਉਹ ਵੀ ਉਪਾਅ ਕਰਦਾ ਹੈ। ਉਹਦਾ ਉਪਰਾਲਾ ਹੈ, ਤੜਕੇ ਉੱਠਦਾ ਹੈ, ਹਲ ਵਾਹੁੰਦਾ ਹੈ। ਉਹਦੇ ਕੋਲੋਂ ਕੋਈ ਪੁੱਛੇ ਭਰਿਆ ਕਿਉਂ ਹਲ ਵਾਹ ਰਿਹਾ, ਕਿਉਂ ਨੀਂਦ ਖਰਾਬ ਕੀਤੀ, ਆਪ ਵੀ ਦੁਖੀ ਪਿਆ ਹੋਣਾ ਹੈ, ਆ ਵਿਚਾਰੇ ਬਲਦਾਂ ਨੂੰ ਜਾਨਵਰਾਂ ਨੂੰ ਵੀ ਦੁਖੀ ਕਰ ਰਿਹਾ, ਕੀ ਜਵਾਬ ਮਿਲੇਗਾ? ਰੋਜ਼ਾਨਾ ਜੀਵਨ ਵਿੱਚੋਂ ਕੁਝ ਐਗਜ਼ਾਮਪਲ ਨੇ, ਕੀ ਜਵਾਬ ਮਿਲੇਗਾ? ਭਲਿਆ ਜੇ ਇਹ ਦੁਖੀ ਨਾ ਹੋਵਾਂ, ਇਹ ਉਪਰਾਲਾ ਨਾ ਕਰਾਂ, ਕੱਲ ਨੂੰ ਖਾਵਾਂਗਾ ਕਿੱਥੋਂ? ਧਰਤੀ ਵਿੱਚ ਸਾਰੇ ਪਦਾਰਥ ਨੇ, ਕਣਕ ਧਰਤੀ ਨੇ ਪੈਦਾ ਕਰਨੀ, ਪਰ ਆਪੇ ਨਹੀਂ, ਮੇਰੇ ਕਿਸੇ ਉਪਰਾਲੇ ਨਾਲ ਲਓ, ਰੁਕਣਾ ਚਾਹੁੰਦਾ ਗੱਲ ਸਮਝਣਾ। ਜਿੱਥੇ ਉਪਰਾਲਾ ਨਹੀਂ, ਉੱਥੇ ਧਰਤੀ ਵਿੱਚ ਪਿਆ ਹੋਇਆ ਸ਼ਕਤੀ, ਅਨਾਜ ਪੈਦਾ ਕਰਨ ਦੀ ਸ਼ਕਤੀ ਦਾ ਜ਼ਖੀਰਾ ਹੱਥ ਨਹੀਂ ਆਉਂਦਾ, ਉਪਰਾਲਾ ਕੋਈ ਨਹੀਂ। ਸਗਲ ਬਨਸਪਤ ਮੈਂ ਬੈਸੰਤਰ, ਸਾਰੀ ਬਨਸਪਤੀ ਵਿੱਚ ਬਸੰਤਰ ਅੱਗ ਹੈ, ਪਰ ਆਪਣੇ ਆਪ ਨਹੀਂ, ਕੋਈ ਤੀਲੀ ਲਗਾਉਣੀ ਪੈਂਦੀ ਹੈ ਤਾਂ ਅੰਦਰੋਂ ਨਿਕਲੇਗੀ। ਸਗਲ ਦੁੱਧ ਮੈਂ ਘੀ ਆ, ਹਰ ਦੁੱਧ ਵਿੱਚ ਘਿਓ ਹੈ, ਪਰ ਜੇ ਤੂੰ ਰਿੜਕੇ ਹੀ ਨਾ, ਜਾਗ ਹੀ ਨਾ ਲਗਾਵੇਂ, ਰਿੜਕਣਾ ਇੱਕ ਉਪਰਾਲਾ ਉਪਾਅ। ਜਦੋਂ ਤੂੰ ਰਿੜਕੇਗਾ ਉਸੇ ਦੁੱਧ ਵਿੱਚੋਂ, ਦਹੀਂ ਦਹੀਂ ਵਿੱਚੋਂ ਘਿਓ ਨਿਕਲਿਆ ਆਵੇਗਾ। ਸਗਲ ਦੁੱਧ ਮੈਂ ਘੀ ਆ, ਉਪਰਾਲਾ ਚਾਹੀਦਾ। ਕਹਿਣ ਲੱਗੇ ਇਸੇ ਤਰ੍ਹਾਂ ਰੱਬ ਨੂੰ ਮਿਲਣ ਲਈ ਵੀ ਉਪਰਾਲਾ ਚਾਹੀਦਾ। ਰੱਬ ਹੈ ਅੰਦਰ ਹੀ, ਜਿਵੇਂ ਬਨਸਪਤੀ ਵਿੱਚ ਅੱਗ ਹੈ, ਜਿਵੇਂ ਦੁੱਧ ਵਿੱਚ ਘਿਓ ਹੈ, ਹੈ ਅੰਦਰ ਹੀ। ਪਰ ਜਿਵੇਂ ਉਹਦੀ ਪ੍ਰਾਪਤੀ ਲਈ ਉਪਰਾਲੇ ਦੀ, ਉਪਾਅ ਦੀ ਲੋੜ ਹੈ, ਕਿੰਨਾ ਉਪਾਅ ਕਵੀ ਦਾ, ਮਧਾਣੀ ਬਣਨੀ, ਝਾਟੀ ਬਣਨੀ, ਇੰਨਾ ਕੁਝ ਇਕੱਠਾ ਕਰਕੇ ਮੁੜ ਕੇ ਉਹਨੂੰ ਰਿੜਕਣਾ ਹੈ, ਤੇ ਸਬਰ ਸੰਤੋਖ ਨਾਲ, ਦ੍ਰਿੜਤਾ ਤੇ ਵਿਸ਼ਵਾਸ ਨਾਲ ਰਿੜਕਣਾ ਹੈ ਉਸੇ ਦੁੱਧ ਵਿੱਚੋਂ। ਘਿਓ ਦਾ ਰੂਪ ਆ ਜਾਣਾ, ਪਰ ਉਪਰਾਲਾ, ਬਿਨਾਂ ਉਪਰਾਲੇ ਪੈ। ਇੱਥੇ ਰੁਕਣਾ ਚਾਹੁੰਦਾ, ਉਪਾਅ ਕੀ ਹੈ? ਜਿੰਨਾ ਸੰਸਾਰ ਹੈ, ਜਿੰਨੀ ਉਹਦੀ ਹਾਲਤ ਹੈ, ਉਹ ਸਾਰੀ ਉਪਾਅ ਵਿੱਚ ਲੱਗੀ ਹੋਈ ਹੈ। ਉਪਾਅ ਵਿੱਚ ਇੰਡਸਟਰੀਆਂ ਚੱਲ ਰਹੀਆਂ ਨੇ, ਬਿਜ਼ਨਸ ਚੱਲ ਰਹੇ ਨੇ, ਵਰਕਰ ਲੇਬਰ ਕੰਮ ਕਰ ਰਹੀ ਹੈ, ਸਾਰਾ ਇੱਕ ਉਪਾਅ ਹੈ। ਹੁਣ ਦੇਖਣਾ ਹੈ ਸਮੁੱਚੇ ਰੂਪ ਵਿੱਚ, ਚੀਜ਼ਾਂ ਵੱਖ ਵੱਖ ਗਿਣੀਆਂ ਬਹੁਤ ਨੇ, ਪਰ ਸਮੁੱਚੇ ਰੂਪ ਵਿੱਚ ਦੋ ਚੀਜ਼ਾਂ ਨੇ, ਉਹ ਹੈ ਸੁੱਖ ਤੇ ਦੁੱਖ। ਰਾਤ ਵਾਲੀ
ਬਾਬਾ ਕਬੀਰ ਜੀ ਦੇ ਦੋ ਸਲੋਕ ਜਿਹੜੇ ਨੇ ਉਹਦੇ ਨਾਲ ਜੁੜਦੀ ਲੜੀ ਹੈ। ਬਾਬਾ ਕਬੀਰ ਜੀ ਨੇ ਆਖਿਆ ਸੀ, ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇਂ ਜੀ, ਇਹ ਸਾਰਾ ਉਪਾਅ ਸਰਬ ਸੁਖ ਕੋ ਨਾਇਕੋ ਆਰਾਮ ਨਾਮ ਰਸ ਪੀਓ। ਕਿੱਧਰ ਲਿਆ ਇਸ ਤਰ੍ਹਾਂ ਮੈਂ ਉਸ ਨੂੰ ਜ਼ਰਾ ਵਿਸਥਾਰ ਵਿੱਚ ਸਵੇਰ ਦੇ ਦੀਵਾਨ ਵਿੱਚ ਸਮਝਣਾ ਸਮਝਾਉਣਾ ਚਾਹੁੰਦਾ। ਉਪਾਅ ਦੇ ਦੋ ਕੇਂਦਰ ਨੇ ਜਿਹਨੂੰ ਕਹਿੰਦੇ ਨੇ ਸੁਖ ਤੇ ਦੁੱਖ। ਸੁੱਖਾਂ ਦੇ ਕਈ ਸਮਾਨ ਨੇ, ਕਈ ਦਿਸ਼ਾ ਨੇ, ਕਈ ਰੂਪ ਨੇ, ਕੋਈ ਇੱਕ ਥੋੜ੍ਹਾ। ਬੱਚਿਆਂ ਦਾ ਪਿਆਰ ਸੁੱਖ ਹੈ, ਖੂਬਸੂਰਤ ਘਰ ਸੁੱਖ ਹੈ, ਚੰਗੇ ਲੋੜ ਅਨੁਸਾਰ ਕੱਪੜੇ ਸੁੱਖ ਨੇ, ਦੋਸਤਾਂ ਮਿੱਤਰਾਂ ਦਾ ਪਿਆਰ ਸੁੱਖ, ਵੱਖ ਵੱਖ ਸੁੱਖ ਦੇ ਰੂਪ ਨੇ, ਪਿਆਰ ਸੁੱਖ ਹੈ। ਤੇ ਦੂਜੇ ਪਾਸੇ ਦੁੱਖ ਹੈ। ਮਨੁੱਖ ਜਿੰਨਾ ਉਪਾਅ ਕਰ ਰਿਹਾ ਉਹ ਦੋ ਚੀਜ਼ਾਂ ਦੇ ਖੇਤਰ ਵਿੱਚ ਕਰ ਰਿਹਾ ਹੈ, ਸੁੱਖਾਂ ਤੋਂ, ਸੁੱਖਾਂ ਦੀ ਕਿਵੇਂ ਪ੍ਰਾਪਤੀ ਹੋਵੇ ਉਪਾਅ ਕਰੋ, ਕਿਉਂਕਿ ਉਪਾਅ ਵਿੱਚੋਂ ਹੀ, ਉਪਰਾਲੇ ਵਿੱਚੋਂ ਹੀ ਉਪਜ ਹੈ। ਸੁੱਖਾਂ ਦੀ ਉਪਜ ਲਈ ਉਪਰਾਲਾ ਉਪਾਅ ਕਰੋ। ਬਸ ਦਿਨ ਰਾਤ ਇਸ ਦੌੜ ਵਿੱਚ, ਉਪਰਾਲੇ ਵਿੱਚ, ਉਪਾਅ ਵਿੱਚ ਹੈ। ਤੇ ਦੂਜੇ ਪਾਸੇ ਦੁੱਖਾਂ ਤੋਂ ਬਚਣ ਲਈ ਕੋਈ ਉਪਾਅ ਕਰੋ। ਸੁੱਖ ਤੇ ਦੁੱਖ ਮਨੁੱਖ ਦੇ ਜੀਵਨ ਦੇ ਦੋਵਾਂ ਪਾਸੇ ਖੜੇ ਨੇ, ਬਸ ਦੋ ਹੀ ਨਾਮ ਨੇ ਜਿਨ੍ਹਾਂ ਵਿੱਚ ਮਨੁੱਖ ਘਿਰਿਆ ਹੋਇਆ, ਜਿਵੇਂ ਦਰਿਆ ਦੇ ਦੋ ਕਿਨਾਰੇ ਨੇ ਉਹਨਾਂ ਵਿੱਚੋਂ ਇੱਕ ਵੀ ਵੱਖਰਾ ਨਹੀਂ ਕੀਤਾ ਜਾ ਸਕਦਾ। ਮਨੁੱਖ ਵੀ ਸੁੱਖ ਤੇ ਦੁੱਖ ਵਿੱਚ ਘਿਰਿਆ ਹੋਇਆ ਹੈ, ਇੱਕ ਪਾਸੇ ਸੁੱਖ ਨੇ, ਇੱਕ ਪਾਸੇ ਦੁੱਖ ਨੇ। ਇਸੇ ਲਈ ਗੁਰੂ ਨੇ ਵੀ ਆਖ ਦਿੱਤਾ, ਕਹਿਣ ਲੱਗੇ ਸੁੱਖ ਦੁੱਖ ਸੰਬੰਧਿਤ ਹੈ। ਸੁੱਖ ਪੈਦਾ ਕਿਵੇਂ ਹੋਣ, ਉਪਾਅ ਕਰੋ। ਦੁੱਖਾਂ ਤੋਂ ਬਚਿਆ ਕਿਵੇਂ ਜਾਏ, ਉਪਾਅ ਕਰੋ। ਰੋਗ ਤੋਂ ਬਚਾਉਣ ਲਈ ਡਾਕਟਰਾਂ ਦਾ ਉਪਜ ਹੋਈ, ਨਹੀਂ ਤੇ ਕੀ ਲੋੜ ਸੀ, ਕੀ ਲੋੜ ਸੀ। ਬੜਾ ਮਜ਼ਬੂਤ ਉਪਾਅ ਹੈ। ਮਨੁੱਖ ਹਰ ਵਕਤ ਫਿਕਰ ਵਿੱਚ ਰਹਿੰਦਾ, ਇੰਸ਼ੋਰੈਂਸ ਕਰਾਉਂਦਾ। ਡਾਕਟਰ ਦੀ ਬੜੀ ਵੈਲਿਊ ਹੈ। ਕਿਉਂ ਵੈਲਿਊ ਹੈ? ਕਿਉਂਕਿ ਦੁੱਖ ਵੀ ਮੌਜੂਦ ਨੇ, ਰੋਗ ਮੌਜੂਦ ਨੇ, ਬਲਕਿ ਇੱਥੋਂ ਤੱਕ ਨੇ ਕਿ ਗੁਰੂ ਨੂੰ ਆਖਣਾ ਪਿਆ, ਜੋ ਜੋ ਦਿਸੈ ਸੋ ਸੋ ਰੋਗੀ। ਉਹਨੇ ਡਾਕਟਰ ਦੀ ਵੈਲਿਊ ਬਣਾ ਦਿੱਤੀ। ਮੈਂ ਅਦਾ ਨਹੀਂ ਕਰ ਸਕਦਾ, ਇੰਸ਼ੋਰੈਂਸ ਪੈਦਾ ਕਰ ਲਈ, ਆਖਰ ਹੈ ਤਾਂ ਇੱਕ ਉਪਾਅ ਹੀ ਨਾ, ਤਾਂ ਕਿ ਜੇ ਮੈਨੂੰ ਕੋਈ ਦੁੱਖ ਆ ਜਾਏ ਤਾਂ ਮੇਰਾ ਕੋਈ ਮਦਦਗਾਰ ਹੋਵੇ, ਜੇ ਮੈਂ ਆਪਣੀ ਮਦਦ ਆਪ ਨਾ ਕਰ ਸਕਾਂ। ਇਸ ਲਈ ਇੰਸ਼ੋਰੈਂਸ ਕਰਾਉਂਦਾ, ਇਹ ਵੀ ਉਪਾਅ। ਗੱਡੀ ਅੱਗੇ ਬੰਪਰ ਲਗਾਉਂਦਾ ਕਿਤੇ ਐਕਸੀਡੈਂਟ ਨਾ ਹੋ ਜਾਏ, ਇਹ ਵੀ ਉਪਾਅ ਹੈ। ਅੰਦਰ ਯਾਰ ਬੈਗ ਲਗਾਉਂਦਾ ਕਿਤੇ ਹੋਰ ਆਪਣੇ ਆਪ ਨੂੰ ਸੇਫ ਕਰ ਲਵਾ, ਬਸ ਜਾ। ਦੇਖੋ ਦੁੱਖਾਂ ਤੋਂ ਬਚਣ ਦਾ ਉਪਾਅ,
ਤੇ ਸੁੱਖਾਂ ਦੀ ਪ੍ਰਾਪਤੀ ਦਾ ਉਪਾਅ। ਸੁੱਖ ਤੇ ਦੁੱਖ ਦੋਵਾਂ ਪਾਸੇ ਖਲੋਤੇ ਨੇ, ਦੋਵੇਂ ਮਨੁੱਖ ਦੇ ਸਾਹਮਣੇ ਵਿਸ਼ੇ ਨੇ। ਜੀਵਨ ਦੇ ਵਿਸ਼ੇ ਕੇਵਲ ਦੋ ਨੇ, ਉਹਦੇ ਰੂਪ ਕਈ ਨੇ। ਦੁਸ਼ਮਣ ਵੀ ਦੁੱਖ ਹੈ, ਜੇ ਮੇਰੇ ਸਥਿਤੀ ਸੀ ਰੋਗ ਵੀ ਦੁੱਖ ਹੈ, ਦੁਸ਼ਮਣ ਹੈ। ਈਵਨ ਇੱਥੋਂ ਤੱਕ ਕਿ ਕੁਛ ਐਸੇ ਦੁਸ਼ਮਣ ਨੇ, ਐਸੇ ਦੁੱਖ ਨੇ ਜਿਹੜੇ ਆ ਹੀ ਜਾਂਦੇ ਨੇ, ਉਹ ਦੁਸ਼ਮਣ ਨੂੰ ਤੁਸੀਂ ਰੋਕ ਹੀ ਨਹੀਂ ਸਕਦੇ। ਗੁਰੂ ਨੇ ਬਾਣੀ ਵਿੱਚ ਆਖਿਆ, ਹਰ ਗੱਲ ਦਾ ਜਵਾਬ ਬਾਣੀ ਵਿੱਚ ਮਿਲਦਾ। ਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਜਿਹੜੇ ਲੋਕ ਬਿਰਧ ਬੁੱਢੇ ਹੋ ਕੇ ਮਰਦੇ ਨੇ, ਉਹਨਾਂ ਦਾ ਬੁਢੇਪਾ ਉਹਨਾਂ ਦਾ ਵੱਡਾ ਦੁਸ਼ਮਣ ਹੈ। ਕਹਿੰਦੇ ਮੇਰੀ ਉਮਰ ਲੰਬੀ ਹੋਵੇ, ਮੇਰੀ ਉਮਰ ਲੰਬੀ ਹੋਵੇ, ਪਰ ਗੁਰੂ ਕਹਿੰਦੇ ਤਿੰਨ ਜਰ ਵੈਰੀ ਨਾਨਕਾ। ਜਰ ਕਹਿੰਦੇ ਨੇ ਬੁਢੇਪੇ ਨੂੰ, ਬੁਢੇਪਾ ਤਾਂ ਦੁਸ਼ਮਣ ਹੋ ਗਿਆ। ਤਿੰਨ ਜਰ ਵੈਰੀ ਨਾਨਕਾ ਬੁੱਢੇ ਥੀਏ ਮਰਨ, ਜਿਹੜੇ ਬੁੱਢੇ ਹੋ ਕੇ ਆਪਣਾ ਬੁਢੇਪਾ ਜ਼ਿਆਦਾ ਮਹਿਸੂਸ ਕਰਦੇ ਨੇ, ਉਹ ਫਿਰ ਉਹਨਾਂ ਦਾ ਬੁਢੇਪਾ ਵੀ ਦੁਸ਼ਮਣ ਹੋ ਗਿਆ। ਇਸ ਬੁਢੇਪੇ ਦੇ ਦੁਸ਼ਮਣ ਨੂੰ ਤੁਸੀਂ ਰੋਕ ਸਕਦੇ ਹੋ? ਨਹੀਂ ਰੋਕ ਸਕਦੇ, ਬੁਢੇਪਾ ਆਉਣਾ ਹੀ ਆਉਣਾ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਕੁੜੇ ਦੁੱਖ ਉਹ ਨੇ ਜਿਹੜੇ ਸਾਡੇ ਸਾਹਮਣੇ ਅਛੋਟੇ ਆ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ। ਮਨੁੱਖ ਬਚਦਾ ਹੀ ਰਹਿੰਦਾ, ਉਹਦੇ ਕੋਲੋਂ ਫਿਰ ਵੀ ਆ ਜਾਂਦੇ ਨੇ। ਬੁਢੇਪੇ ਕੋਲੋਂ ਮਨੁੱਖ ਬਚਦਾ ਹੀ ਰਹਿੰਦਾ, ਬੜੇ ਉਪਾਅ ਕਰਦਾ ਵੀ ਬੁਢੇਪਾ ਨਾ ਆਵੇ, ਆ ਦਵਾਈ ਖਾ ਲਵਾਂ, ਆ ਕੈਪਸੂਲ ਲਗਾ ਲਵਾਂ, ਇੰਜੈਕਸ਼ਨ ਲਵਾ ਲਵਾਂ, ਪਰ ਆ ਹੀ ਜਾਂਦਾ, ਅਛੁੱਪੇ ਆ ਜਾਂਦਾ। ਗੁਰੂ ਨੇ ਬਾਣੀ ਅੰਦਰ ਕੋਈ ਲੁਕਾ ਨਹੀਂ ਰੱਖਿਆ। ਜਰ ਆਈ ਜੋਗਣ ਹਾਰਿਆ, ਉਹਦੇ ਸਾਹਮਣੇ ਜਵਾਨੀ ਹਾਰ ਜਾਂਦੀ, ਔਰ ਦੁੱਖ। ਹੁਣ ਇਹਦੇ ਕੋਲ ਬਚਨ ਦੇ ਵੀ ਉਪਾਅ ਮਨੁੱਖ ਕਰੀ ਜਾਂਦਾ, ਉਪਾਅ ਕਰੀ ਜਾਂਦਾ, ਹਰ ਦੁੱਖ ਦਾ ਵੀ ਉਪਾਅ ਮਨੁੱਖ ਦੇ ਸਿਰ ਤੇ ਖਲੋਤਾ। ਜਿੰਨੇ ਸੁੱਖ ਚਾਹੁੰਦਾ ਉਹਨਾਂ ਦੀ ਪੈਦਾਇਸ਼ ਵਾਸਤੇ, ਉਪਜ ਵਾਸਤੇ ਵੀ ਇੰਡਸਟਰੀਆਂ, ਕੱਪੜੇ ਦੀਆਂ ਮਿੱਲਾਂ, ਹੋਰ ਸਾਜੋ ਸਮਾਨ ਸਾਰਾ ਕੁਛ ਪੈਦਾ ਕਰੀ ਜਾਂਦਾ। ਸੁੱਖ ਤੇ ਦੁੱਖ ਦੋਵਾਂ ਦੇ ਦਰਮਿਆਨ ਵਿੱਚ ਖਲੋਤਾ ਮਨੁੱਖ ਸੁੱਖ ਦੀ ਪ੍ਰਾਪਤੀ, ਦੁੱਖ ਤੋਂ ਬਚਣ ਦੇ ਉਪਰਾਲੇ ਨੇ, ਉਪਾਅ ਨੇ ਮਨੁੱਖ ਕਰੀ ਜਾਂਦੇ। ਸੁੱਖ ਦੁੱਖੀ ਨੇ। ਹੁਣ ਅੱਜ ਦੇ ਸ਼ਬਦ ਵੱਲ ਜਾਈਏ। ਗੁਰੂ ਨੇ ਵੀ ਇੱਥੇ ਇੱਕ ਗੱਲ ਆਖੀ, ਇਹ ਗੱਲ ਵੱਖਰੀ ਹੈ ਕਿ ਮੇਰੀ ਨਿਗਾਹ ਵਿੱਚ ਸੁੱਖ ਕੀ ਹੈ, ਦੁੱਖ ਕੀ ਹੈ, ਦੂਜੇ ਦੀ ਨਿਗਾਹ ਵਿੱਚ ਸੁੱਖ ਕੀ ਹੈ, ਦੁੱਖ ਕੀ ਹੈ। ਹੁਣ ਗੁਰੂ ਕਹਿੰਦੇ ਨੇ, ਪ੍ਰਹਰੀ ਗੁਰੂ ਤੇਗ ਬਹਾਦਰ ਸਾਹਿਬ, ਦੂਜੇ ਲਫ਼ਜ਼ਾਂ ਵਿੱਚ, ਹੇ ਮੇਰੇ ਸਤਿਗੁਰੂ, ਮੈਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ, ਕਿਹੜਾ ਉਪਾਅ ਕਰਾਂ, ਇਹ ਮਨੁੱਖ ਕਿਹੜਾ ਉਪਾਅ ਕਰੇ, ਕਿਉਂਕਿ ਦੋ ਚੀਜ਼ਾਂ ਵਿੱਚ ਘਿਰਿਆ ਹੋਇਆ, ਸੁੱਖ ਤੇ ਦੁੱਖ ਵਿੱਚ। ਕਿਹੜਾ ਉਪਾਅ ਕਰਾਂ ਦੋਨੋਂ ਸੁੱਖ ਤੇ ਦੁੱਖ ਦਾ ਜਿਹੜਾ ਮਸਲਾ ਮੇਰਾ ਹੱਲ ਹੋ ਜਾਏ। ਜਾਤੇ ਭਗਤ ਰਾਮ ਕੀ ਪਾਵੇ ਪ੍ਰਾਪਤੀ, ਪ੍ਰਾਪਤੀ ਮੈਨੂੰ ਲੋੜ ਇਸ ਚੀਜ਼ ਦੀ ਹੈ। ਵੈਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਉਹਨਾਂ ਦੀ ਹੈ, ਸਾਡੇ ਕੋਲ ਕੋਈ ਪੁੱਛੇ ਤੇ ਅਸੀਂ ਆਖਾਂਗੇ ਸਾਡਾ ਮਕਾਨ ਕਿਵੇਂ ਬਣੇ, ਸਾਡਾ ਬੈਂਕ ਬੈਲੈਂਸ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਪ੍ਰਾਣੀ ਕੌਣ ਉਪਾਉ ਕਰੇ, ਜਾਣੇ ਭਗਤ ਰਾਮ ਕੀ ਪਾਵੇ। ਜਿੰਨੇ ਤੋਂ ਪ੍ਰਭੂ ਭਗਤ ਝੋਲੀ ਵਿੱਚ ਪੈ ਜਾਏ,
ਤੇ ਡਰ ਭੈ ਦੁਸ਼ਮਣ ਦੁੱਖ ਉਹ ਕੀ ਰਾਮ ਦੀ ਪ੍ਰਭੂ ਭਗਤੀ ਮਿਲੇ ਤੇ ਮੌਤ ਦਾ ਜਮਾਂ ਦਾ ਡਰ ਮੇਰੇ ਦਿਮਾਗ ਵਿੱਚੋਂ ਮੇਰੇ ਵਿਚਾਰਾਂ ਵਿੱਚੋਂ ਤਰਾਸ ਖਤਮ ਹੋ ਗਿਆ। ਮੈਂ ਸੁੱਖ ਤੇ ਦੁੱਖ ਦਾ ਇਹ ਰੂਪ ਚਿਤਰਿਆ। ਸਭ ਤੋਂ ਵੱਡਾ ਦੁੱਖ ਤੇ ਆਖਰ ਇਹੋ ਹੀ ਹੈ ਨਾ ਜਿਹਨੂੰ ਅਸੀਂ ਮੌਤ ਆਖਣੇ। ਦੁੱਖਾਂ ਦੀ ਜਦੋਂ ਗਿਣਤੀ ਕੀਤੀ ਨਾ ਗੁਰੂ ਨੇ ਵੀ ਬਾਣੀ ਵਿੱਚ ਇਹੋ ਕੀਤੀ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਇੱਕ ਵਿਛੋੜਾ ਇੱਕ ਦੁੱਖ ਭੂਖ। ਤੇ ਕਹਿਣ ਲੱਗੇ ਤੀਜਾ ਜਿਹੜਾ ਵੱਡਾ ਦੁੱਖ ਹੈ ਉਹ ਕੀ ਹੈ, ਇੱਕ ਦੁੱਖ ਸ਼ਕਤਵਾਰ ਜਮਦੂਤ ਜਮ ਕੋ ਤਰਾਸ ਹਾਰੇ। ਬਸ ਇਹ ਸੁੱਖ ਤੇ ਦੁੱਖ ਦੇ ਦੋ ਰੂਪ ਜਿਹੜੇ ਸਭ ਤੋਂ ਭਿਆਨਕ ਨੇ, ਮੈਂ ਇਹਨਾਂ ਦਾ ਉਪਾਅ ਛੱਡਣਾ ਕੀ ਕਰਾਂ, ਪ੍ਰਾਣੀ ਕੌਣ ਉਪਾਅ ਕਰੇ। ਜਦ ਤੇ ਭਗਤ ਰਾਮ ਕੀ ਪਾਵੇ ਪ੍ਰਾਪਤ ਹੋ ਜਮ ਕੋ ਤਰਾਸ ਹਾਰੇ, ਮੌਤ ਦਾ ਡਰ ਖਤਮ ਹੋ ਜਾਏ। ਕਹਿਣ ਲੱਗੇ ਦੁਨੀਆਂ ਦੇ ਲੋਕ ਅਨੇਕਾਂ ਕਰਮ ਕਰ ਰਹੇ ਨੇ ਜਿਹਦੇ ਨਾਲ ਸੁੱਖ ਦੀ ਪ੍ਰਾਪਤੀ ਹੋਵੇ ਤੇ ਦੁੱਖ ਦੀ ਨਿਵਿਰਤੀ ਹੋਵੇ। ਅਨੇਕਾਂ ਤਰ੍ਹਾਂ ਦੀ ਵਿੱਦਿਆ ਵੀ ਪੜ੍ਹਾਈ ਜਾਂਦੀ ਹੈ ਜਾਂ ਪੜ੍ਹੀ ਜਾਂਦੀ ਹੈ, ਉਹਦਾ ਮਤਲਬ ਇਹੋ ਹੀ ਹੁੰਦਾ ਹੈ ਸੁੱਖ ਦੀ ਪ੍ਰਾਪਤੀ ਹੋਵੇ ਦੁੱਖ ਦੀ ਨਿਵਿਰਤੀ ਹੋਵੇ। ਜਿੰਨੇ ਸਕੂਲ ਕਾਲਜ ਨੇ ਉਹਨਾਂ ਦਾ ਮੇਨ ਸਬਜੈਕਟ ਇਹੋ ਹੀ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹੇ ਗੁਰੂ ਮੈਂ ਤੇਰੇ ਕੋਲ ਪੁੱਛਣਾ ਚਾਹੁੰਦਾ, ਜਿਹੜੇ ਸਕੂਲਾਂ ਕਾਲਜਾਂ ਵਿੱਚ ਵਿੱਦਿਆ ਕਰਮ ਕਰਦੇ ਨੇ ਪੜ੍ਹਦੇ ਨੇ, ਕੀ ਉਹ ਦੁਖੀ ਨਹੀਂ ਹੋ ਰਹੇ? ਹੋ ਰਹੇ ਨੇ। ਪੜ੍ਹੇ ਲਿਖੇ ਲੋਕ ਹੋਸਪਿਟਲਾਂ 'ਚ ਨਹੀਂ ਪਏ, ਪੜ੍ਹੇ ਲਿਖੇ ਲੋਕ ਅਦਾਲਤਾਂ ਦੇ ਕਟਹਿਰੇ ਵਿੱਚ ਨਹੀਂ ਖੜੇ। ਇਸ ਲਈ ਮੈਂ ਕਿਵੇਂ ਆਖਾਂ ਕਿ ਇਸ ਵਿੱਦਿਆ ਪੜ੍ਹਨ ਨਾਲ ਇਸ ਕਰਮ ਕਰਨ ਨਾਲ ਦੁੱਖ ਚਲਾ ਜਾਏਗਾ ਸੁੱਖ ਆ ਜਾਏਗਾ। ਕਹਿਣ ਲੱਗੇ ਮੈਨੂੰ ਇਹ ਗੱਲ ਅਣਹੋਂਦ ਵਿੱਚ ਦੱਸੀ, ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂ, ਇਹ ਸਤਿਗੁਰੂ ਤੁਸੀਂ ਦੱਸੋ ਛੱਡ ਕੇ ਧਰਮ ਦੀ ਦੁਨੀਆਂ ਤੇ ਇਹ ਸਮਝਦੇ ਆ ਨਾ ਧਰਮ ਵਿੱਚ ਸੁੱਖ ਹੈ, ਧਰਮ ਵਿੱਚ ਸੁੱਖ ਹੈ। ਪਰ ਧਰਮੀ ਅਖਵਾਉਣ ਵਾਲੇ ਜੰਗਲਾਂ ਵਿੱਚ ਭਟਕ ਰਹੇ ਨੇ ਰਾਤ ਦੀ ਨਫਦੰਗ ਸੇ, ਉਹਨਾਂ ਨੂੰ ਤਾਂ ਰੋਟੀ ਨਹੀਂ ਮਿਲਦੀ, ਦਰ ਦਰ ਮੰਗਤੇ ਬਣ ਕੇ ਚਿੱਪੀ ਸਾਹਮਣੇ ਕਰਕੇ ਜੋਗੀ ਭਿੱਖਿਆ ਮੰਗ ਰਹੇ ਨੇ, ਭਿਖਾਰੀ ਹੋ ਗਏ, ਸਰੀਰ ਤੇ ਸੋਹ ਮਲੀ ਬੈਠੇ ਨੇ, ਤਨ ਤੇ ਪਹਿਨਣ ਨੂੰ ਕੱਪੜਾ ਕੋਈ। ਧਰਮੀ ਅਖਵਾਉਂਦੇ ਨੇ ਧਰਮ ਦੇ ਖੇਤਰ ਵਿੱਚ ਵੀ ਦੁੱਖ ਹੈ। ਤੇ ਫਿਰ ਮੈਂ ਸੋਚੀ ਪੈ ਗਿਆ ਕਿਹੜਾ ਧਰਮ ਕਰਾਂ ਜਿਹਦੇ ਵਿੱਚ ਮੇਰਾ ਆਹ ਮਸਲਾ ਹੱਲ ਹੋ ਜਾਏ। ਲੈ ਜ਼ਰਾ ਸੋਚਣਾ ਸਿਮਰੈ ਭਵ ਸਾਗਰ ਕੋ ਤਰੇ। ਮੈਨੂੰ ਤੇ ਮੁਸ਼ਕਲ ਇਹ ਬਣ ਗਈ ਹੈ, ਮੈਨੂੰ ਅਜੇ ਤੱਕ ਨਾਮ ਦੀ ਪਰਿਭਾਸ਼ਾ ਹੀ ਨਹੀਂ ਆਈ। ਉਹ ਕਿਹੜਾ ਨਾਮ ਹੈ? ਲੋਕ ਕੰਨਾਂ ਵਿੱਚ ਵੀ ਰੱਬ ਨਾਮ ਲਈ ਜਾਂਦੇ ਨੇ। ਅੱਜ ਤਾਂ ਝਗੜਾ ਹੀ ਇਤਿਹਾਸਕ ਝਗੜੇ ਵੀ ਨਾਮ ਦੇ ਹੀ ਨੇ। ਰਾਮ ਰਾਮ ਕਹਿਣ ਵਾਲੇ ਨੂੰ ਮਜਬੂਰ ਕੀਤਾ ਜਾ ਰਿਹਾ ਹੈ, ਹਾਥੀਆਂ ਅੱਗੇ ਸੁੱਟਿਆ ਜਾ ਰਿਹਾ।
अल्लाह अल्लाह कह है ਸਰਦਾ ਨਾਮ ਦਾ ਹੀ ਅੱਜ ਵੀ ਹੈ ਸੁੱਖ ਤੇ ਨਾ ਹੋਇਆ ਅਜੇ ਤੱਕ ਕਿਉਂ ਨਹੀਂ ਸੁੱਖ ਹੋਇਆ ਕਿਉਂ ਇਸ ਲਈ ਕਿਉਂਕਿ ਮੈਂ ਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਉਂ ਲਫ਼ਜ਼ ਕਹਿਤੇ ਕਹਿਣ ਲੱਗੇ ਇੱਕ ਨਾਮ ਦੋਇਰਾ ਪੁਰਾਣੇ ਇੱਕ ਦੇ ਨਾਮ ਤੋਂ ਹੀ ਦੋ ਮਨੁੱਖ ਰਾਹ ਭੁੱਲ ਗਏ ਹਿੰਦੂ ਮੁਸਲਮਾਨ ਖਿੱਚੋਤਾਣ ਕਰੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨ ਸੁਨਤ ਮੁਸਲਮਾਨ ਦੀ ਤਿਲਕ ਜੰਨੂ ਹਿੰਦੂ ਲੁਭਾਣੇ ਆਰਾਮ ਰਹੀਮ ਕਹਾਏਂਦੇ ਏਕ ਨਾਮ ਦੋਏ ਰਾਹ ਪੁਰਾਣੇ ਇਸ ਲਈ ਮੈਂ ਸੋਚੀ ਪੈ ਗਿਆ ਇਹ ਵੀ ਫੈਸਲਾ ਬਣੀ ਤੁਸੀਂ ਦਿਓ ਕਿ ਕਿਹੜਾ ਨਾਮ ਜਪਾਂ ਕਿਉਂਕਿ ਦੋਵੇਂ ਦੋਵਾਂ ਪਾਸੇ ਖਲੋਤੇ ਨੇ ਇੱਕ ਪਾਸੇ ਸੁੱਖਾਂ ਦੀ ਚਾਹਤ ਹੈ ਦੂਜੇ ਪਾਸੇ ਦੁੱਖਾਂ ਦੇ ਤਰਾਸ ਹੈ ਡਰ ਹੈ ਇਸ ਵਿੱਚ ਘਿਰਿਆ ਹੋਇਆ ਉਪਾਅ ਚੜ੍ਹਨ ਜਿਸ ਉਪਾਅ ਨਾਲ ਇਹਨਾਂ ਦੁੱਖਾਂ ਇਹਨਾਂ ਸੁੱਖ ਦੁੱਖ ਦੇ ਚੱਕਰ ਵਿੱਚੋਂ ਨਿਕਲਾਂ ਕਿਉਂਕਿ ਦੁੱਖ ਉਪਾਅ ਜਿਹੜਾ ਲਫ਼ਜ਼ ਹੈ ਨਾ ਇਹ ਕੁਝ ਅਸੀਂ ਭਰਮ ਵਿੱਚੋਂ ਵੀ ਪੈਦਾ ਕਰ ਲਿਆ ਜਿਹੜੀ ਅਣਹੋਣੀ ਚੀਜ਼ ਹੈ ਜਿਹਦਾ ਰੂਪ ਕੋਈ ਨਹੀਂ ਉਹਦਾ ਵੀ ਦੁੱਖ ਹੈ ਆ ਬ੍ਰਹਮਣਿਜ਼ਮ ਕੀ ਹੈ ਤੁਹਾਨੂੰ ਆਖ ਦਿੰਦਾ ਹੈ ਕਿ ਨੌ ਗ੍ਰਹਿਆਂ ਵਿੱਚੋਂ ਜਿਹੜਾ ਸਨਿਚਰ ਗ੍ਰਹਿ ਹੈ ਨਾ ਉਹ ਬੜਾ ਰਾਕਸ਼ਸ ਹੈ ਜਿਹੜਾ ਸਨਿਚਰ ਗ੍ਰਹਿ ਹੈ ਨਾ ਬੜਾ ਜ਼ਾਲਮ ਹੈ ਬੜਾ ਗੁੱਸੇਲ ਹੈ ਬੜਾ ਕ੍ਰੋਧੀ ਹੈ ਜਿਹਦੇ ਘਰ ਵਿੱਚ ਜਿਹਦੇ ਖਾਨੇ ਵਿੱਚ ਆ ਜਾਏ ਉਹਦਾ ਘਰ ਬਰਬਾਦ ਕਰ ਦਿੰਦਾ ਹੈ ਫਿਰ ਹੈ ਕਿ ਨਹੀਂ ਇਹ ਕਿਸੇ ਨੂੰ ਨਹੀਂ ਪਤਾ ਪਰ ਬ੍ਰਾਹਮਣ ਆ ਕੇ ਕਹਿ ਦਿੰਦਾ ਤੇਰੇ ਘਰ ਸਨਿਚਰ ਆ ਗਏ ਤੇਰੇ ਘਰ ਵਿੱਚ ਬਸ ਤੇਰੇ ਲਈ ਬਰਬਾਦੀ ਦੇ ਦੇਣੇ ਆ ਕੇ ਨਹੀਂ ਫਿਰ ਨਾਲ ਹੀ ਕਹਿ ਦਿੰਦਾ ਹਾਂ ਉਪਾਅ ਕਰਾ ਲੈ ਇਹ ਆਮ ਦੇਖੋ ਦੇਖਣੇ ਚਾਹੀਦਾ ਕਹਿੰਦੇ ਨੇ ਮੈਂ ਉਪਰਾਲਾ ਕਰਨਾ ਉਪਾਅ ਕਰਨਾ ਉਪਾਅ ਕਰਾ ਲੈ ਫਿਰ ਬਚ ਸਕਣਾ ਉਪਾਅ ਕਰਾਉਣ ਵਾਲਾ ਇਹ ਨਹੀਂ ਪੁੱਛਦਾ ਵੀ ਮੈਨੂੰ ਸਿੰਚਰ ਤਾਂ ਦਿਖਾ ਗੁਰੂ ਕਿਹੜੇ ਸੋਹਣੇ ਢੰਗ ਨਾਲ ਖਤਮ ਕਰਦਾ ਹੈ ਇਸ ਝਗੜੇ ਨੂੰ ਕਹਿੰਦਾ ਰੱਬ ਕੋਈ ਸੁੱਤ ਪੋਤੇ ਨੂੰ ਤਰਾਸ ਕਹਾ ਗੁਰਬਾਣੀ ਤਰਾਸ ਕਹਿੰਦੇ ਡਰ ਨੂੰ ਰੱਬ ਕੇ ਸੁੱਤ ਦਾ ਮਤਲਬ ਸਨਿਚਰ ਇਹਨਾਂ ਦੇ ਸ਼ਾਸਤਰ ਦੇ ਮੁਤਾਬਕ ਜਿਹੜਾ ਸਨਿਚਰ ਹੈ ਨਾ ਗ੍ਰਹਿ ਉਹ ਰੱਬ ਕਹਿੰਦੇ ਨੇ ਸੂਰਜ ਨੂੰ ਸੂਰਜ ਦਾ ਪੁੱਤਰ ਹੈ ਕਹਿਣ ਲੱਗੇ ਉਹਨੂੰ ਸੂਰਜ ਦੇ ਪੁੱਤਰ ਦਾ ਕਾਹਦਾ ਡਰ ਹੈ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ ਫਿਕਰ ਹੀ ਮਿਟ ਗਿਆ ਤਰਾਸ ਖਤਮ ਹੋ ਕਹਿੰਦੇ ਨੇ ਸਮਰਥ ਗੁਰੂ ਸਿਰਹਾ ਧਰਿਓ ਗੁਰਕੀਨੀ ਕਿਰਪਾ ਹਰਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਅਗਲੀ ਲਾਈਨ ਪੜ੍ਹੋ ਨਿਸਮਾਸਰ ਏਕ ਸਮਾਨ ਧਿਆਨ ਜਿਨ੍ਹਾਂ ਦਾ ਦਿਨ ਰਾਤ ਇੱਕ ਪ੍ਰਭੂ ਨਾਲ ਜੁੜਿਆ ਹੋਇਆ ਧਿਆਨ ਹੈ ਉਹਦਾ ਕੀ ਏਕ ਸਮਾਨ ਨਿਸਮਾਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁੱਤ ਭਾਨ ਡਰਿਓ ਇੱਥੇ ਵੀ ਹੋਈ ਭਾਨ ਕਹਿੰਦੇ ਨੇ ਸੂਰਜ ਨੂੰ ਸੂਰਜ ਦਾ ਪੁੱਤਰ ਸਨਿਚਰ ਗੁਰੂ ਕਹਿੰਦੇ ਹੈ ਹੀ ਨਹੀਂ ਡਾਲੀ ਕੋਈ ਨਹੀਂ ਬ੍ਰਾਹਮਣ ਕਹਿ ਰਿਹਾ ਤੇਰੇ ਘਰ ਵਿੱਚ ਗ੍ਰਹਿ ਆ ਗਿਆ ਸਨਿਚਰ ਦਾ ਇਹਦਾ ਉਪਾਅ ਕਰ ਲੈ ਨਹੀਂ ਤਾਂ ਮਾਰਿਆ ਜਾਏਗਾ ਹੁਣ ਕਿੰਨੀ ਅਜੀਬ ਗੱਲ ਹੈ ਬ੍ਰਾਹਮਣਿਜ਼ਮ ਵਿੱਚ
ਵਿੱਚ ਵਿਸ਼ਵਾਸ ਰੱਖਣ ਵਾਲਾ ਜਿਹੜਾ ਮਨੁੱਖ ਹੈ ਉਹ ਨਾ ਇਹ ਪੁੱਛਦਾ ਕਿ ਉਹ ਸਨੀਚਰ ਕੀ ਹੈ, ਉਹ ਮੇਰੇ ਘਰ ਵਿੱਚ ਕਿਵੇਂ ਆਇਆ ਹੈ, ਉਹਦੇ ਲਈ ਦਰਵਾਜ਼ਾ ਕਿਵੇਂ ਖੋਲਿਆ, ਮੈਨੂੰ ਤੇ ਪਤਾ ਹੀ ਨਹੀਂ ਕਿਵੇਂ ਆ ਗਿਆ। ਇਹਦਾ ਉਪਾਅ ਤੂੰ ਕੀ ਕਰੇਗਾ, ਕੁਛ ਪੁੱਛਣ ਦੀ ਲੋੜ ਹੀ ਨਹੀਂ, ਪਰੇਸ਼ਾਨੀਆਂ ਕੁਛ ਅਣਜਾਣੀਆਂ ਪੈਦਾ ਕਰਦੇ ਆ, ਅਣਦੇਖੀਆਂ ਪੈਦਾ ਕਰਦੇ ਆ। ਤੇ ਗੁਰੂ ਆਖਦੇ ਨੇ ਹੇ ਮੇਰੇ ਪ੍ਰਭੂ ਮੈਂ ਇਸ ਸੁੱਖ ਦੁੱਖ ਦੇ ਚੱਕਰ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ, ਕਿਉਂਕਿ ਸਾਰਾ ਉਪਾਅ ਜਿੰਨਾ ਦੁਨੀਆਂ ਦਾ ਉਹ ਇਹਨਾਂ ਦੋ ਚੀਜ਼ਾਂ ਦੇ ਦਰਮਿਆਨ ਵਿੱਚ ਹੈ। ਹੁਣ ਅਗਲੀਆਂ ਲਾਈਨਾਂ ਖੂਬਸੂਰਤ ਜਵਾਬ ਦਿੰਦੀਆਂ, ਇੱਥੋਂ ਤੱਕ ਸਵਾਲ ਹੈ। ਗੁਰੂ ਕਹਿੰਦੇ ਨੇ ਕਲਯੁਗ ਵਿੱਚ ਇੱਕੋ ਹੀ ਕਿਰਪਾ ਨਿਧ ਦਾ ਨਾਮ ਹੈ। ਹੁਣ ਦੇਖਣਾ ਕਿਰਪਾ ਨਿਧ ਕੌਣ ਹੈ, ਕਿ ਦੇਵੀ ਦੇਵਤੇ ਕਿਰਪਾ ਨਿਧ ਨੇ, ਉਹਦੇ ਕਿਸੇ ਦੇ ਦੁਸ਼ਮਣ ਵੀ ਨੇ, ਕਿਸੇ ਲਈ ਤਲਵਾਰਾਂ ਵੀ ਚੁੱਕੀ ਫਿਰਦੇ ਨੇ, ਕਿਸੇ ਲਈ ਦਿਨ ਰਾਤ ਜੰਗ ਵੀ ਕਰ ਯੁੱਧ ਕਰ ਰਹੇ ਨੇ, ਕਈ ਕਈ ਹਜ਼ਾਰ ਵਾਰਾਂ ਹਜ਼ਾਰਾਂ ਨੂੰ ਮਾਰ ਰਹੇ ਨੇ, ਲੱਖਾਂ ਨੂੰ ਮਾਰ ਰਹੇ ਨੇ, ਕਿਰਪਾ ਨਿਧ ਤੇ ਨਹੀਂ ਹੋ ਸਕਦੇ। ਆਪ ਵੀ ਦੁਖੀ ਹੋ ਰਹੇ ਨੇ, ਦੂਜਿਆਂ ਨੂੰ ਦੁਖੀ ਕਰਨ ਕਾਹਦੇ ਕਿਰਪਾ ਨਿਧ ਹੋਵੇ। ਗੁਰੂ ਆਖਦੇ ਕਹਿੰਦੇ ਕਲ ਮੈਂ ਇੱਕ ਨਾਮ ਕਿਰਪਾ ਨਿਧ ਜੈ ਜਗੇ ਜਪੇ ਗਤ ਭਾਵੇ, ਔਰ ਧਰਮ ਤਰ ਕੇ ਸਮਨਾ ਕੋਈ ਧਰਮ ਦੇ ਬਰਾਬਰ ਨਹੀਂ, ਕੋਈ ਧਰਮ ਨਹੀਂ। ਹੁਣ ਅਗਲੀ ਲਾਈਨ ਜਰਾ ਦੇਖਣੀ, ਕਹਿੰਦੇ ਤੂੰ ਸੁੱਖ ਤੇ ਦੁੱਖ ਦੇ ਉਪਾਅ ਵਿੱਚ ਹੀ ਲੱਗਾ ਹੋਇਆ ਨਾ, ਤੇ ਕਹਿਣ ਲੱਗੇ ਰੱਬ ਦੀ ਨਿਸ਼ਾਨੀ ਤੈਨੂੰ ਦੱਸਾਂ, ਜਿਹਦੇ ਨਾਮ ਵਿੱਚ ਭਾਵ ਉਹਦੇ ਹੁਕਮ ਵਿੱਚ, ਇੱਥੇ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬੁਝਾਏ ਜੀਓ, ਉਸ ਮਾਲਕ ਦੇ ਹੁਕਮ ਵਿੱਚ ਰਹਿਣ ਦਾ ਆਦੀ ਹੋਣਾ, ਸੁਭਾਅ ਬਣਾ ਲੈਣਾ, ਸਹਿਜ ਅਵਸਥਾ ਬਣਾ ਲੈਣੀ, ਇਹੋ ਹੀ ਭਗਤੀ ਹੈ। ਵਾਹਿਗੁਰੂ ਵਾਹਿਗੁਰੂ ਮੇਰਾ ਆਖਣਾ ਭਗਤੀ ਨਹੀਂ, ਅਖੰਡ ਪਾਠ ਕਰਾਉਣੇ ਤੇ ਸਤੋਤਰੀਆਂ ਚਲਾਉਣੀਆਂ ਤੇ ਰਹਿਣ ਸਮਾਈਆਂ ਕਰਾਉਣੀਆਂ, ਇਹੋ ਭਗਤੀ ਨਹੀਂ। ਰੱਬ ਦੇ ਹੁਕਮ ਵਿੱਚ ਰਹਿਣ ਦੀ ਆਦਤ ਪਾਉਣੀ, ਇਹ ਹੁਕਮ, ਇਹ ਭਗਤੀ। ਭਗਤ ਕੀ ਹੈ? ਸਮਰਪਿਤ ਹੋਣਾ। ਭਗਤੀ ਹੈ ਉਹਦੇ ਹੁਕਮ ਵਿੱਚ ਆਪਾਂ ਤੇਗ ਦੇਣਾ। ਕਹਿਣ ਲੱਗੇ ਪਰ ਉਹਦੀ ਪਛਾਣ ਵੀ ਤਾਂ ਹੋਵੇ ਕੌਣ ਹੈ ਕਿਹੋ ਜਿਹਾ। ਆਖਰੀ ਲਾਈਨ ਬੜੀ ਖੂਬਸੂਰਤ ਹੈ, ਪੜ੍ਹਨ ਵਾਲੇ ਗੁਰੂ ਕਹਿੰਦੇ ਸੁੱਖ ਦੁੱਖ ਹੈ ਸਦਾ ਨਿਰਲੇਪੀ ਜਾ ਕੋ ਕਹਿ ਗੁਸਾਈ। ਕਹਿਣ ਲੱਗੇ ਮੈਂ ਉਹਨੂੰ ਗੁਸਾਈ ਮਾਲਕ ਕਹਿ ਰਿਹਾ ਜਿਹੜਾ ਸੁੱਖ ਦੁੱਖ ਰਹਿਤ ਹੈ। ਤੂੰ ਸੁੱਖ ਦੁੱਖ ਵਿੱਚ ਘਿਰਿਆ ਹੋਇਆ, ਸਾਰਾ ਉਪਾਅ ਤੇਰਾ ਸੁੱਖ ਦੁੱਖ ਲਈ ਹੈ, ਤੇ ਮੈਂ ਤੈਨੂੰ ਉਸ ਮਾਲਕ ਨਾਲ ਜੋੜਨਾ ਚਾਹੁੰਦਾ ਜਿੱਥੇ ਸੁੱਖ ਦੁੱਖ ਹੈ ਹੀ ਕੋਈ ਨਹੀਂ। ਸੁੱਖ ਦੁੱਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਜੀ। ਫਿਰ ਮੈਨੂੰ ਦੱਸੋ ਉਹ ਕਿੱਥੇ ਰਹਿੰਦਾ ਹੈ, ਕਿੱਥੇ ਰਹਿੰਦਾ ਹੈ? ਤੇ ਜਵਾਬ ਸੀ ਸੋ ਤੂੰ ਹੀ ਮੈਂ ਵਸੇ ਨਿਰੰਤਰ, ਉਹ ਤੇਰੇ ਵਿੱਚ ਇੱਕ ਰਸ ਹੋ ਕੇ ਵਸ ਰਿਹਾ, ਕਦੇ ਤੈਨੂੰ ਛੱਡ ਕੇ ਨਹੀਂ ਜਾਂਦਾ, ਤੇਰੇ ਤੋਂ ਵੱਖ ਨਹੀਂ ਹੁੰਦਾ। ਸੋ ਤੂੰ ਹੀ ਮੈਂ ਵਸੇ ਨਿਰੰਤਰ। ਫਿਰ ਅਗਲਾ ਸਵਾਲ ਜੀ ਮੇਰੇ ਜੇ ਅੰਦਰ ਹੀ ਹੈ ਤਾਂ ਮੇਰੀ ਪਕੜ ਵਿੱਚ ਕਿਉਂ ਨਹੀਂ ਆਉਂਦਾ, ਮੇਰੀ ਪਕੜ ਵਿੱਚ ਕਿਉਂ ਨਹੀਂ ਆਉਂਦਾ? ਤੇ ਇੱਕ ਲਫ਼ਜ਼ ਵਿੱਚ ਜਵਾਬ ਖੂਬਸੂਰਤ ਦਿੱਤਾ ਨੇ ਮੈਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ, ਕਿਉਂਕਿ ਮੈਂ ਚਾਹੁੰਦਾ ਵਜ਼ੀਰ ਗੱਲ ਕਿ ਹੋ ਗਈ ਤਾਂ ਪਤਾ ਹੋਵੇ ਸਾਨੂੰ ਵੀ ਇਹ ਕਵਿਤਾ ਹੈ, ਬਣੀ ਨਹੀਂ ਕਿਤੇ ਭੁਲੇਖਿਆਂ ਵਿੱਚ ਲੈ ਲਿਆ ਜਾਏ। ਭਾਈ ਵੀਰ ਸਿੰਘ ਦੀ ਇੱਕ ਕਵਿਤਾ ਹੈ ਕੰਬਲੀ ਕਿਲਾਈ ਵਿੱਚ, ਉਹਦੇ ਵਿੱਚ ਉਹਨਾਂ ਨੇ ਇੱਕ ਇਸ਼ਾਰਾ ਕੀਤਾ ਹੈ ਲਫ਼ਜ਼ ਨੇ, ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸੀਂ ਤਾਂ ਹਾਗਲ ਵਕੜੀ ਪਾਈ
ਮੈਨੂੰ ਤੁਸੀਂ ਸੁਪਨੇ ਵਿੱਚ ਉੱਠ ਮਿਲੇ ਅਤੇ ਮੈਂ ਉੱਠ ਕੇ ਤੁਹਾਨੂੰ ਗਲਵਕੜੀ ਪਾਣੀ ਚਾਹੀ ਪਾਈ ਪਰ ਮੇਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਿਲਾ ਲਾਈ ਦੋ ਲਾਈਨਾਂ ਅੰਦਰ ਇੱਕ ਗੱਲ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਲਫ਼ਜ਼ ਵਿੱਚ ਸਾਰੀ ਗੱਲ ਸਮਾਪਤ ਕਰ ਦਿੱਤੀ ਕਹਿਣ ਲੱਗੇ ਸੋ ਤੂੰ ਹੀ ਮੈਂ ਬਸੇ ਨਿਰੰਤਰ ਉਹ ਰਹਿੰਦਾ ਤੇਰੇ ਅੰਦਰ ਪਰ ਤੇਰੀ ਪਕੜ ਵਿੱਚ ਕਿਵੇਂ ਨਹੀਂ ਕਹਿਣ ਲੱਗੇ ਨਾਨਕ ਦਰਪਣ ਨਿਆਈ ਦਰਪਣ ਕਹਿੰਦੇ ਸ਼ੀਸ਼ੇ ਦੇ ਜਿਵੇਂ ਦਰਪਣ ਵਿੱਚ ਤੇਰਾ ਸਰੂਪ ਰਹਿੰਦਾ ਹੈ ਤੂੰ ਸਾਹਮਣੇ ਆ ਜਾ ਤੈਨੂੰ ਦਿਸ ਪਏਗਾ ਉਸ ਸ਼ੀਸ਼ੇ ਵਿੱਚ ਕੋਈ ਹੋਰ ਸਾਹਮਣੇ ਆ ਜਾਏ ਤੈਨੂੰ ਦਿਸ ਪਏਗਾ ਪਰ ਜੇ ਤੂੰ ਉਹਨੂੰ ਫੜਨਾ ਚਾਹੇ ਸ਼ੀਸ਼ੇ ਵਿੱਚੋਂ ਫੜ ਸਕੇਗਾ ਤੇਰੀ ਪਕੜ ਤੋਂ ਬਾਹਰ ਸ਼ੀਸ਼ੇ ਵਿੱਚ ਕੋਈ ਹੈ ਸ਼ੀਸ਼ੇ ਵਿੱਚ ਕੋਈ ਹੈ ਤੈਨੂੰ ਤਸੱਲੀ ਹੋ ਗਈ ਹੈ ਕਿ ਆਹ ਮੇਰੇ ਪਿੱਛੇ ਕੋਈ ਸ਼ੀਸ਼ੇ ਵਿੱਚ ਖੜਾ ਤੇ ਉਹ ਜ਼ਰੂਰ ਹੈ ਆ ਗਿਆ ਪਰ ਜੇ ਤੂੰ ਆਖੇ ਮੈਂ ਸ਼ੀਸ਼ੇ ਵਿੱਚੋਂ ਪਕੜ ਲਵਾਂ ਤੇਰੀ ਪਕੜ ਤੋਂ ਬਾਹਰ ਹੈ ਸ਼ੀਸ਼ੇ ਵਿੱਚ ਕੋਈ ਹੈ ਪਰ ਪਕੜ ਤੋਂ ਬਾਹਰ ਹੈ ਕਹਿਣ ਲੱਗੀ ਇਹੋ ਹੀ ਗੱਲ ਰੱਬ ਪ੍ਰਤੀ ਹੈ ਉਹਦੀ ਹੋਂਦ ਨੂੰ ਕਬੂਲ ਤੇਰੇ ਅੰਦਰ ਹੈ ਪਰ ਤੇਰੀ ਪਕੜ ਤੋਂ ਬਾਹਰ ਹੈ ਕਹਿਣ ਲੱਗੀ ਸੋ ਤੂੰ ਹੀ ਕੁਛ ਪੈਦਾ ਕਰ ਰਿਹਾ ਕਿਸੇ ਤੋਂ ਬਚ ਰਿਹਾ ਹੈ ਪਰ ਜੇ ਉਹ ਪ੍ਰਭੂ ਜਿਹੜਾ ਅੰਦਰ ਇੱਕ ਸ਼ੀਸ਼ੇ ਵਿੱਚ ਬੈਠੇ ਹੋਏ ਅਕਸ ਵਾਂਗੂ ਸਮਾਇਆ ਹੋਇਆ ਹੈ ਜੇ ਉਹਦੇ ਨਾਲ ਜੁੜ ਜਾਏ ਤੇ ਇਸ ਵਿਸ਼ਵਾਸ ਨਾਲ ਜੁੜ ਜਾਏ ਕਿ ਜਿਸ ਸੁੱਖ ਦੁੱਖ ਨੇ ਮੇਰੀ ਸਾਰੀ ਜ਼ਿੰਦਗੀ ਉਪਾਵਾਂ ਵਿੱਚ ਬਰਬਾਦ ਕਰ ਦਿੱਤੀ ਹੈ ਉਹ ਪ੍ਰਭੂ ਤਾਂ ਸੁੱਖ ਦੁੱਖ ਰਹਿਤ ਸਦਾ ਨਿਰਲੇਪੀ ਹੈ ਜੇ ਉਹਦੇ ਵਿੱਚ ਸਮਾ ਜਾਏ ਜੁੜ ਜਾਏ ਸਮਰਪਿਤ ਹੋ ਜਾਏ ਤਾਂ ਤੈਨੂੰ ਇਹ ਸੁੱਖ ਦੁੱਖ ਦੇ ਉਪਾਵਾਂ ਦੀ ਫਿਕਰ ਖਤਮ ਹੋ ਜਾਣਗੇ ਤੂੰ ਉਹਦੀ ਸਹਿਜ ਦੇ ਸਾਹਮਣੇ ਆਪਣਾ ਆਪ ਸਮਰਪਣ ਕਰਕੇ ਅਤੇ ਉਹਦੇ ਹੁਕਮ ਵਿੱਚ ਰਹਿਣ ਦਾ ਆਦੀ ਹੋ ਜਾਏਗਾ ਇਹਨਾਂ ਸ਼ਬਦਾਂ ਦਾ ਕਿਵੇਂ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ